ਸ਼ੇਰੇ ਪੰਜਾਬ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਨਵੰਬਰ ਮਹੀਨੇ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਆਪਣੇ ਐਕਸਪ੍ਰੈਸ ਐਂਟਰੀ ਪ੍ਰੋਗਰਾਮਸ ਲਈ ਯੋਗ ਕਿੱਤਿਆਂ ਦੀ ਸੂਚੀ ਵਿੱਚ 16 ਨਵੇਂ ਪ੍ਰੋਫੈਸ਼ਨਸ ਸ਼ਾਮਲ ਕੀਤੇ ਹਨ, ਜਿਸ ਵਿੱਚ ਟਰੱਕ ਡਰਾਈਵਰਸ ਵੀ ਸ਼ਾਮਲ ਹਨ। ਦੱਸਿਆ ਜਾਂਦਾ ਹੈ ਕਿ ਕੋਵਿਡ ਮਹਾਮਾਰੀ ਦੇ ਚੱਲਦੇ ਕੈਨੇਡਾ ਵਿੱਚ ਟਰੱਕ ਡਰਾਈਵਰਾਂ ਦੀ ਸ਼ਾਰਟੇਜ ਲਗਾਤਾਰ ਜਾਰੀ ਹੈ ਅਤੇ ਇਸ ਦੇ ਹੱਲ ਲਈ ਸਰਕਾਰ ਨੇ ਪੱਕੇ ਤੌਰ 'ਤੇ ਕੈਨੇਡਾ ਵਿੱਚ ਵਸਣ ਲਈ ਟਰੱਕ ਡਰਾਈਵਰਸ ਦਾ ਰਾਹ ਕਾਫੀ ਪੱਧਰਾ ਕਰ ਦਿੱਤਾ ਹੈ। ਰਿਪੋਰਟਾਂ ਕਹਿੰਦੀਆਂ ਹਨ ਕਿ ਸੰਨ 2021 ਦੀ ਦੂਜੀ ਤਿਮਾਹੀ ਤੱਕ ਕੈਨੇਡੀਅਨ ਟਰੱਕਿੰਗ ਇੰਡਸਟਰੀ 18,000 ਖਾਲੀ ਅਸਾਮੀਆਂ ਭਰਨ ਲਈ ਸੰਘਰਸ਼ ਕਰ ਰਹੀ ਸੀ। ਦੱਸਿਆ ਜਾਂਦਾ ਹੈ ਕਿ ਹਰੇਕ ਸਾਲ ਕੈਨੇਡਾ ਦੀ ਟਰੱਕਿੰਗ ਅਤੇ ਲੌਜਿਸਟਿਕਸ ਇੰਡਸਟਰੀ $850 billion ਦੀਆਂ ਵਸਤਾਂ ਇਧਰੋਂ ਉਧਰ ਕਰਦੀ ਹੈ। ਕੈਨੇਡਾ ਦੀ ਫੋਰੈਸਟ ਪ੍ਰੋਡਕਸ਼ਨ ਐਸੋਸੀਏਸ਼ਨ ਦਾ ਅਨੁਮਾਨ ਹੈ ਕਿ ਗਲੋਬਲ ਮਹਾਮਾਰੀ ਤੋਂ ਪਹਿਲਾਂ ਵੀ ਕੈਨੇਡਾ ਟਰੱਕ ਡਰਾਈਵਰਸ ਦੀ ਸ਼ਾਰਟੇਜ ਕਾਰਨ ਕਰੀਬ $450 billion ਦੀ ਪ੍ਰੋਡਕਟਿਵਿਟੀ ਗਵਾ ਰਿਹਾ ਸੀ ਅਤੇ ਕੋਵਿਡ ਮਹਾਮਾਰੀ ਦੌਰਾਨ ਸਥਿਤੀ ਹੋਰ ਖਰਾਬ ਹੁੰਦੀ ਦੇਖੀ ਗਈ। ਐਕਸਪ੍ਰੈਸ ਐਂਟਰੀ ਤਹਿਤ ਕੈਨੇਡਾ ਦੀ PR ਹਾਸਲ ਕਰਨ ਵਾਲੇ ਟਰੱਕ ਡਰਾਈਵਰਸ ਕੋਲ ਜੇਕਰ ਕੈਨੇਡਾ ਵਿੱਚ 1 ਸਾਲ ਕੰਮ ਕਰਨ ਦਾ ਤਜਰਬਾ ਹੋਵੇ ਤਾਂ ਉਹਨਾਂ ਨੂੰ 5 CLB ਸਕੋਰਸ ਚਾਹੀਦੇ ਹੋਣਗੇ, ਜੋ IELTS ਰੀਡਿੰਗ ਵਿੱਚ 4 ਜਦਕਿ ਰਾਈਟਿੰਗ, ਲਿਸਨਿੰਗ ਅਤੇ ਸਪੀਕਿੰਗ ਵਿੱਚ 5 ਬੈਂਡਸ ਨਾਲ ਬਣਦੇ ਹਨ। ਫੈਡਰਲ ਸਕਿੱਲਡ ਵਰਕਰ ਪ੍ਰੋਗਰਾਮ ਅਧੀਨ ਘੱਟ ਤੋਂ ਘੱਟ 7 CLB ਸਕੋਰਸ ਹਾਸਲ ਕਰਨੇ ਪੈਣਗੇ, ਜੋ IELTS ਵਿੱਚ 4ੋਂ ਮੋਡਿਊਲਸ ਵਿੱਚ 7 ਬੈਂਡ ਪ੍ਰਾਪਤ ਕਰਨ 'ਤੇ ਪੂਰੇ ਹੁੰਦੇ ਹਨ। ਐਕਸਪ੍ਰੈਸ ਐਂਟਰੀ ਵਿੱਚ ਕੀਤੇ ਗਏ ਬਦਲਾਅ ਪਿਛਲੇ ਸਾਲ ਕੈਨੇਡੀਅਨ ਸੰਸਦ ਵਿੱਚ ਪਾਸ ਕੀਤੇ ਗਏ ਬਿੱਲ C-19 ਦਾ ਹਿੱਸਾ ਹਨ, ਜੋ ਬਿੱਲ ਇਮੀਗ੍ਰੇਸ਼ਨ ਵਿਭਾਗ ਨੂੰ ਕੈਨੇਡੀਅਨ ਜੌਬ ਵੈਕੈਂਸੀਜ਼ ਪੂਰੀਆਂ ਕਰਨ ਲਈ ਕੈਂਡੀਡੇਟਸ ਦੀ ਲੈਂਗੁਏਜਬਿਲਿਟੀ ਜਾਂ ਵਰਕ ਐਕਸਪੀਰੀਅੰਸ ਦੇ ਆਧਾਰ ਉੱਪਰ ਉਹਨਾਂ ਨੂੰ ਐਕਸਪ੍ਰੈਸ ਐਂਟਰੀ ਇਨਵੀਟੇਸ਼ਨਸ ਭੇਜਣ ਦਾ ਅਧਿਕਾਰ ਦਿੰਦਾ ਹੈ। ਜਦੋਂ ਵੀ ਕੈਨੇਡੀਅਨ ਇਮੀਗ੍ਰੇਸ਼ਨ ਬਾਰੇ ਗੱਲ ਚੱਲਦੀ ਹੈ ਤਾਂ ਇਸ ਦੇ ਨਾਲ ਹੀ ਸਿਸਟਮ ਵਿੱਚ ਚੱਲ ਰਹੇ ਭਾਰੀ ਬੈਕਲੌਗ ਬਾਰੇ ਵੀ ਚਰਚਾ ਛਿੜ ਜਾਂਦੀ ਹੈ। ਦੱਸਿਆ ਜਾਂਦਾ ਹੈ ਕਿ ਸਿਸਟਮ ਵਿੱਚ ਬੈਕਲੌਗ ਪਹਿਲਾਂ ਨਾਲੋਂ ਕੁਝ ਘਟਿਆ ਹੈ, ਪਰ ਮੌਜੂਦਾ ਸਮੇਂ ਲਈ ਲੱਖਾਂ ਦੀ ਤਾਦਾਦ ਦੇ ਵਿੱਚ ਪ੍ਰਵਾਸੀ PR ਸੰਬੰਧੀ ਆਪਣੇ ਸੁਨੇਹਿਆਂ ਦੀ ਉਡੀਕ ਵਿੱਚ ਹਨ।